ਕੈਪਟਨ ਅਮਰਿੰਦਰ ਦੀ ਅਰਵਿੰਦ ਕੇਜਰੀਵਾਲ ਨੂੰ ਖੁੱਲ੍ਹੀ ਚੁਣੌਤੀ ਕਿਹਾ ਜੇ ਅਰਵਿੰਦ ਕੇਜਰੀਵਾਲ ਪੰਜਾਬ 'ਚ ਆ ਕੇ ਲੜਦੇ ਨੇ ਚੋਣ ਤਾਂ ਉਹਨਾਂ ਖਿਲਾਫ਼ ਲੜਾਂਗਾ ਚੋਣ। ਆਮ ਆਦਮੀ ਪਾਰਟੀ ਨੇ ਕੀਤਾ ਪਲਟਵਾਰ, ਘਬਰਾ ਗਏ ਨੇ ਵਿਰੋਧੀ। ਪੰਜਾਬ ਵਿਧਾਨ ਸਭਾ 'ਚ ਗੁੰਜੇਗਾ SYL ਦਾ ਮੁੱਦਾ, ਕਾਂਗਰਸ ਲੈ ਕੇ ਆਏਗੀ ਕੰਮ ਰੋਕੂ ਮਤਾ। ਉੱਧਰ ਕੈਪਟਨ ਨੇ SYL ਤੇ ਕੇਜਰੀਵਾਲ ਨੂੰ ਸਟੈਂਡ ਸਪਸ਼ਟ ਕਰਨ ਨੂੰ ਕਿਹਾ ਤਾਂ ਆਮ ਆਦਮੀ ਪਾਰਟੀ ਨੇ ਚੁੱਕੇ ਸਵਾਲ, ਅਕਾਲੀ ਦਲ ਜੁਟਿਆ ਰਣਨੀਤੀ ਬਣਾਉਣ ਵਿੱਚ। ਦਲਿਤ ਵੋਟਾਂ ਨੂੰ ਲੈ ਕੇ ਪਾਰਟੀਆਂ ਨੇ ਖਿੱਚੀ ਤਿਆਰੀ, ਕੇਜਰੀਵਾਲ 15 ਮਾਰਚ ਨੂੰ ਜਾਣਗੇ ਕਾਸ਼ੀਰਾਮ ਦੇ ਜੱਦੀ ਪਿੰਡ। ਕਾਸ਼ੀਰਾਮ ਦਾ ਪਰਿਵਾਰ ਆਮ ਆਦਮੀ ਪਾਰਟੀ 'ਚ ਹੋ ਸਕਦਾ ਸ਼ਾਮਲ ਤਾਂ ਬਸਪਾ ਵੀ 15 ਮਾਰਚ ਤੋਂ ਸ਼ੁਰੂ ਕਰ ਰਹੀ ਹੈ ਚੋਣ ਮੁਹਿੰਮ। ਰਾਜ ਸਭਾ ਚੋਣ ਨੂੰ ਲੈ ਕੇ ਅਕਾਲੀ ਦਲ ਨੇ ਉਮੀਦਵਾਰਾਂ ਦੇ ਨਾਮ ਕੀਤੇ ਤੈਅ, ਪਰ ਬੀਜੇਪੀ ਅਤੇ ਕਾਂਗਰਸ ਵਿਚਾਲੇ ਸ਼ਸ਼ੋਪੰਜ ਬਰਕਰਾਰ। 11 ਮਾਰਚ ਤੋਂ ਸ਼ੁਰੂ ਹੋਣਗੀਆਂ ਨਾਮਜ਼ਦਗੀਆਂ, 21 ਮਾਰਚ ਨੂੰ ਵੋਟਿੰਗ। ਕੇਂਦਰ ਨੇ ਪੰਜਾਬ ਸਰਕਾਰ ਨੂੰ ਫੜਾਇਆ ਆਪਰੇਸ਼ਨ ਪਠਾਨਕੋਟ ਦਾ ਬਿੱਲ, ਦਹਿਸ਼ਤਵਾਦ ਨਾਲ ਲੜਨ ਵਿੱਚ ਦੱਸਿਆ 6,35,00,000 ਰੁਪਏ ਦਾ ਆਇਆ ਖਰਚ, ਪਰ ਬਾਦਲ ਸਰਕਾਰ ਦਾ ਪੇਮੈਂਟ ਤੋਂ ਇਨਕਾਰ, ਕਿਹਾ ਮਾਫ਼ ਕਰੋ, ਇਹ ਕੌਮੀ ਸੁਰੱਖਿਆ ਦਾ ਮਾਮਲਾ। ਸਿੱਖ ਭਾਈਚਾਰੇ ਤੇ ਬਣਨ ਵਾਲੇ ਚੁਟਕਲਿਆਂ ਨੂੰ ਰੋਕਣ ਦੇ ਸੁਝਾਅ ਦੇਣ ਲਈ DSGMC ਵੱਲੋਂ ਕਮੇਟੀ ਦਾ ਗਠਨ, ਕਮੇਟੀ ਸੁਪਰੀਮ ਕੋਰਟ ਨੂੰ ਦੇਵੇਗੀ ਸੁਝਾਅ। ਮਾਮਲੇ ਦੀ ਪਿਛਲੀ ਸੁਣਵਾਈ ਵਿੱਚ ਸੁਪਰੀਮ ਕੋਰਟ ਨੇ 6 ਹਫ਼ਤਿਆਂ ਵਿੱਚ ਮੰਗੇ ਸਨ ਸੁਝਾਅ। ਫੌਜ ਮੁਖੀ ਦੀ ਹਰਿਮੰਦਰ ਸਾਹਿਬ ਫੇਰੀ ਦੌਰਾਨ SGPC ਨੇ ਚੁੱਕਿਆ 1984 'ਚ ਗੁੰਮ ਹੋਏ ਦਸਤਾਵੇਜ਼ਾਂ ਦਾ ਮੁੱਦਾ, ਕਿਹਾ ਅਹਿਮ ਦਸਤਾਵੇਜ਼ ਕੀਤੇ ਜਾਣ ਵਾਪਸ। ਫੌਜ ਮੁਖੀ ਨੇ ਫੌਜ ਕੋਲ ਕੋਈ ਵੀ ਦਸਤਾਵੇਜ਼ ਹੋਣ ਤੋਂ ਕੀਤਾ ਇਨਕਾਰ, ਕਿਹਾ IB ਅਤੇ CBI ਨੇ ਲਏ ਸਨ ਦਸਤਾਵੇਜ਼, ਫਿਰ ਵੀ ਜਾਂਚ ਦਾ ਦਿੱਤਾ ਭਰੋਸਾ। ਸਿਟੀ ਬਿਊਟੀਫੁੱਲ ਨੂੰ ਪਾਣੀ ਦੇ ਮਸਲੇ ਤੇ MP ਕਿਰਨ ਖੇਰ ਅਤੇ ਚੰਡੀਗੜ੍ਹ ਦੇ ਮੇਅਰ ਖਜ਼ਾਨਾ ਮੰਤਰੀ ਅਰੁਣ ਜੇਟਲੀ ਨਾਲ ਕਰਨਗੇ ਮੁਲਾਕਾਤ। ਪਾਣੀ ਅਤੇ ਪਾਈਪਲਾਈਨ ਲਈ ਗਵਾਂਢਾਂ ਨਾਲ ਹੋਇਆ ਸੀ ਸਮਝੌਤਾ, ਪਰ ਬਜਟ ਵਿੱਚ ਨਗਰ ਨਿਗਮ ਨੂੰ 240 ਕਰੋੜ ਮਿਲਣ ਤੇ ਮੇਅਰ ਨੇ ਹੱਥ ਕਿਤੇ ਖੜੇ, ਫੰਡ ਵਧਾਉਣ ਲਈ ਕਰਨਗੇ ਮੁਲਾਕਾਤ। ਹਰ ਖੇਤਰ 'ਚ ਲਗਾਤਾਰ ਅੱਗੇ ਵਧ ਰਹੀਆਂ ਨੇ ਔਰਤਾਂ, CTU ਦੀਆਂ 72 ਮਹਿਲਾ ਕੰਡਕਟਰਾਂ ਨੇ ਪੇਸ਼ ਕੀਤੀ ਮਿਸਾਲ, 30 ਹੋਰ ਮਹਿਲਾ ਕੰਡਕਟਰਾਂ ਦੀ ਹੁਣ ਜਾ ਰਹੀ ਹੈ ਭਰਤੀ।